ਹੁਣ ਜਿਹੜੇ ਅਸੀਂ ਟੌਪਿਕ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ, ਦੈਟ ਇਜ਼ ਮੈਥਡਸ ਆਫ ਰੈਫ੍ਰਿਜਰੇਸ਼ਨ। ਠੰਡਕ ਨੂੰ ਪੈਦਾ ਕਰਨ ਦੇ ਲਈ, ਕੂਲਿੰਗ ਨੂੰ ਪੈਦਾ ਕਰਨ ਦੇ ਲਈ ਅਲੱਗ ਅਲੱਗ ਕਿਹੜੇ ਕਿਹੜੇ ਤਰੀਕੇ ਹੋ ਸਕਦੇ ਨੇ? ਤਾਂ ਸਭ ਤੋਂ ਪਹਿਲਾ ਤਰੀਕਾ ਹੈ, ਦੈਟ ਇਜ਼ ਆਈਸ ਰੈਫ੍ਰਿਜਰੇਸ਼ਨ, ਕਿ ਸਿੰਪਲ ਆਈਸ ਦੀ ਹੈਲਪ ਦੇ ਨਾਲ ਅਸੀਂ ਜੋ ਰੈਫ੍ਰਿਜਰੇਸ਼ਨ ਪ੍ਰੋਡਿਊਸ ਕਰਦੇ ਹਾਂ, ਠੰਡਕ ਪ੍ਰੋਡਿਊਸ ਕਰਦੇ ਹਾਂ। ਇਹ ਦੋ ਤਰੀਕੇ ਦੇ ਨਾਲ ਪੈਦਾ ਹੋ ਸਕਦੀ ਹੈ ਜੀ, ਨੈਚੁਰਲ ਜਾਂ ਆਰਟੀਫਿਸ਼ੀਅਲ। ਕੁਦਰਤੀ ਤੌਰ 'ਤੇ ਜੋ ਪੈਦਾ ਹੋਈ ਹੋਈ ਬਰਫ ਹੋਵੇ, ਜਿਵੇਂ ਅਸੀਂ ਹਿਲ ਸਟੇਸ਼ਨਸ 'ਤੇ ਦੇਖਦੇ ਹਾਂ ਕਿ ਜੋ ਬਰਫ ਡਿੱਗਦੀ ਹੈ, ਦੈਟ ਇਜ਼ ਨੈਚੁਰਲ ਬਰਫ ਹੈ। ਔਰ ਜੋ ਘਰਾਂ ਦੇ ਵਿੱਚ ਅਸੀਂ ਰੈਫ੍ਰਿਜਰੇਟਰ ਦੇ ਥਰੂ ਜਾਂ ਵੱਡੇ ਵੱਡੇ ਬਰਫ ਦੇ ਕਾਰਖਾਨਿਆਂ ਦੇ ਵਿੱਚ ਜੋ ਬਰਫ ਪੈਦਾ ਹੁੰਦੀ ਹੈ, ਦੈਟ ਇਜ਼ ਆਰਟੀਫਿਸ਼ੀਅਲ ਬਰਫ ਹੁੰਦੀ ਹੈ। ਤਾਂ ਇਸ ਦੇ ਨਾਲ ਵੀ ਅਸੀਂ ਕੂਲਿੰਗ ਇਫੈਕਟ ਲੈ ਸਕਦੇ ਹਾਂ। ਘੱਟ ਤੋਂ ਘੱਟ ਜੋ ਤਾਪਮਾਨ ਇਹਦੇ ਨਾਲ ਅਸੀਂ ਅਚੀਵ ਕਰ ਸਕਦੇ ਹਾਂ, ਦੈਟ ਇਜ਼ 0°C। 0°C ਤੋਂ ਥੱਲੇ ਦਾ ਟੈਂਪਰੇਚਰ ਅਸੀਂ ਮੇਨਟੇਨ ਕਰਕੇ ਨਹੀਂ ਰੱਖ ਸਕਦੇ, ਸਿਰਫ 0°C ਤੱਕ ਹੀ ਅਸੀਂ ਠੰਡਕ ਲੈ ਸਕਦੇ ਹਾਂ। ਇਸ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਦੱਸਿਆ ਗਿਆ ਹੈ ਜੀ, ਠੰਡਕ ਕਿੰਨੀ ਪੈਦਾ ਹੋਊਗੀ ਉਹ ਡਿਪੈਂਡ ਕਰਦਾ ਹੈ ਕਿ ਸਾਡੇ ਕੋਲ ਲੇਟੈਂਟ ਹੀਟ ਆਫ ਜੋ ਫਿਊਜ਼ਨ ਹੈ ਉਹਦੇ ਉੱਤੇ। ਤਾਂ ਦੈਟ ਇਜ਼ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਲੇਟੈਂਟ ਹੀਟ ਆਫ ਫਿਊਜ਼ਨ ਜੋ ਹੈ ਉਹਦੀ ਵੈਲਿਊ ਹੈ, ਦੈਟ ਇਜ਼ 334.9 ਕਿਲੋ ਜਾਊਲ ਪਰ ਕੇਜੀ। ਤਾਂ ਇਸ ਸਿਸਟਮ ਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਕੋਲ ਜੋ ਘੱਟ ਤੋਂ ਘੱਟ ਤਾਪਮਾਨ ਹੈ ਉਹ ਅਸੀਂ 0° ਹੀ ਅਚੀਵ ਕਰ ਸਕਦੇ ਹਾਂ। ਬਟ ਇਨ ਸਮ ਕੇਸਿਸ ਜਿੱਥੇ ਅਸੀਂ ਦੇਖਦੇ ਹਾਂ ਕਿ ਸਾਨੂੰ ਇਸ ਤੋਂ ਵੀ ਡਾਊਨ ਹੋਰ ਟੈਂਪਰੇਚਰ ਅਸੀਂ ਲੈਣਾ ਹੋਵੇ, ਤਾਂ ਉਸ ਜਗ੍ਹਾ 'ਤੇ ਫਿਰ ਅਸੀਂ ਕੀ ਕਰਦੇ ਹਾਂ ਕਿ ਕੋਮਨ ਸਾਲਟ ਮਿਕਸਅਪ ਕਰ ਦਿੰਦੇ ਹਾਂ। ਕੋਮਨ ਸਾਲਟ ਅਸੀਂ ਜਿਹੜਾ ਘਰਾਂ ਦੇ ਵਿੱਚ ਨਮਕ ਯੂਜ਼ ਕਰਦੇ ਹਾਂ ਉਹ ਅਸੀਂ ਪਾਣੀ ਦੇ ਵਿੱਚ ਮਿਕਸ ਕਰਕੇ ਬਰਫ਼ ਜਮਾ ਦਿੰਦੇ ਹਾਂ। ਕਿਸ ਪ੍ਰਪੋਰਸ਼ਨ ਦੇ ਵਿੱਚ? ਦੈਟ ਇਜ਼ ਇਨ ਦਾ ਰੇਸ਼ੋ ਆਫ 1:3, ਜਿਹਦੇ ਵਿੱਚ ਇੱਕ ਹਿੱਸਾ ਲੂਣ ਅਤੇ 3 ਹਿੱਸੇ ਪਾਣੀ ਹੋਊਗਾ ਜਿਹਦੀ ਬਰਫ਼ ਬਣਾਈ ਗਈ ਹੋਊਗੀ। ਤਾਂ ਇਸ ਤਰੀਕੇ ਦੇ ਨਾਲ ਜੋ ਅਸੀਂ ਘੱਟ ਤੋਂ ਘੱਟ ਤਾਪਮਾਨ ਅਚੀਵ ਕਰ ਸਕਦੇ ਹਾਂ, ਦੈਟ ਇਜ਼ 22°C ਮਾਈਨਸ ਦਾ। ਉਸ ਤੋਂ ਬਾਅਦ ਅਸੀਂ ਡਾਇਗਰਾਮ ਦੇ ਥਰੂ ਹੁਣ ਕੁਝ ਸਮਝਣ ਦੀ ਕੋਸ਼ਿਸ਼ ਕਰਾਂਗੇ, ਜੋ ਸਾਡੇ ਕੋਲ ਆਈਸ ਰੈਫ੍ਰਿਜਰੇਸ਼ਨ ਸਿਸਟਮ ਹੈ ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਲੈ ਕੇ ਚੱਲਦੇ ਹਾਂ। ਇਹਦੇ ਵਿੱਚ ਤੁਹਾਡੇ ਕੋਲ ਇੱਕ ਸਿੰਪਲ ਬਾਕਸ ਦਿਖਾਇਆ ਗਿਆ, ਜਿਹੜਾ ਕਿ ਸਾਡੇ ਕੋਲ ਇੱਕ ਰੈਫ੍ਰਿਜਰੇਟਿੰਗ ਸਪੇਸ ਹੈ। ਇਸ ਰੈਫ੍ਰਿਜਰੇਟਿੰਗ ਸਪੇਸ ਦੇ ਵਿੱਚ ਅਸੀਂ ਕੀ ਕੀਤਾ, ਇੱਕ ਸਟੈਂਡ ਲੈ ਲਿਆ, ਇਹਦੇ ਵਿੱਚ ਅਸੀਂ ਬਰਫ਼ ਰੱਖ ਦਿੱਤੀ, ਇਹਨੂੰ ਅਸੀਂ ਬੈਫਲ ਕਹਿ ਦਿੰਦੇ ਹਾਂ। ਤਾਂ ਇਸ ਦੇ ਵਿੱਚੋਂ ਕੀ ਚੀਜ਼ ਹੋਊਗੀ ਕਿ ਬਿਲਕੁਲ ਅਸੀਂ ਇਸ ਬਲੋਕ ਨੂੰ ਬੰਦ ਕਰ ਦਿੱਤਾ ਗਿਆ ਚਾਰ ਚੁਫੇਰਿਓਂ, ਕਿਸੇ ਵੀ ਜਗ੍ਹਾ ਤੋਂ ਕੋਈ ਏਅਰ ਦਾ ਇਹਦੇ ਨਾਲ ਇੰਟਰੈਕਸ਼ਨ ਨਹੀਂ ਹੈ। ਤਾਂ ਜਦੋਂ ਹੌਲੀ ਹੌਲੀ ਇਸ ਪਰਟੀਕੂਲਰ ਸਪੇਸ ਦੇ ਅੰਦਰ ਜੋ ਲੇਟੈਂਟ ਹੀਟ ਦੀ ਪ੍ਰੈਜੈਂਸ ਹੈ ਜਾਂ ਜੋ ਹੀਟ ਪ੍ਰੈਜੈਂਟ ਹੈ ਉਸ ਦੀ ਲੇਟੈਂਟ ਹੀਟ ਨੂੰ ਅਬਜ਼ੋਰਬ ਕਰਨਾ ਸਟਾਰਟ ਕਰ ਦੇਗੀ, ਤਾਂ ਉਹ ਲੇਟੈਂਟ ਹੀਟ ਨੂੰ ਅਬਜ਼ੋਰਬ ਕਰਕੇ ਆਈਸ ਹੌਲੀ ਹੌਲੀ ਪਿਘਲਣਾ ਸਟਾਰਟ ਕਰ ਦੇਗੀ। ਤਾਂ ਜਦੋਂ ਹੀ ਉਸ ਦੀ ਲੇਟੈਂਟ ਹੀਟ ਪਲੱਸ ਸੈਂਸੀਬਲ ਹੀਟ ਜਿਹੜੀ ਹੋਊਗੀ ਉਹਨੂੰ ਅਚੀਵ ਕਰਕੇ ਜੋ ਬਰਫ਼ ਹੈ ਹੌਲੀ ਹੌਲੀ ਪਿਘਲਣਾ ਸਟਾਰਟ ਕਰ ਦੇਗੀ ਪਾਣੀ ਦੇ ਰੂਪ ਦੇ ਵਿੱਚ, ਤਾਂ ਉਹ ਪਾਣੀ ਹੌਲੀ ਹੌਲੀ ਸੈਂਟਰਲ ਵੈਸਲ ਦੇ ਥਰੂ ਬਾਹਰ ਚਲਾ ਜਾਏਗਾ। ਤਾਂ ਇਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਜੋ ਕਮਰੇ ਦਾ ਜੋ ਉਸ ਚੈਂਬਰ ਦਾ ਜੋ ਟੈਂਪਰੇਚਰ ਸੀ ਇਨੀਸ਼ੀਅਲ ਮੂਵਮੈਂਟ ਦੇ ਉੱਤੇ, ਉਹ ਸਪੋਜ਼ ਕੁਛ ਜੋ ਨੈਚੁਰਲ ਆਪਣਾ ਐਟਮੋਸਫੇਰਿਕ ਟੈਂਪਰੇਚਰ ਹੈ ਉਹ ਉਨਾ ਹੋਏਗਾ। ਤਾਂ ਹੌਲੀ ਹੌਲੀ ਅਸੀਂ ਦੇਖਾਂਗੇ ਕੁਛ ਟਾਈਮ ਤੋਂ ਬਾਅਦ ਆਪਣੇ ਕੋਲ ਜੋ ਟੈਂਪਰੇਚਰ ਹੈ ਉਸ ਪਰਟੀਕੁਲਰ ਸਪੇਸ ਦਾ, ਉਸ ਰੀਜਨ ਦਾ, ਉਸ ਰੈਫ੍ਰਿਜਰੇਟਿੰਗ ਸਪੇਸ ਅਸੀਂ ਇਸ ਨੂੰ ਕਹਿੰਦੇ ਹਾਂ, ਉਹਦਾ ਟੈਂਪਰੇਚਰ ਡਾਊਨ ਹੋ ਜਾਏਗਾ। ਤਾਂ ਇਸ ਤਰੀਕੇ ਦੇ ਨਾਲ ਅਸੀਂ ਵਾਰੀ ਵਾਰੀ ਬਰਫ਼ ਸਾਨੂੰ ਇੰਟਰੋਡਿਊਸ ਕਰਨੀ ਪਏਗੀ ਇਸ ਨੂੰ ਠੰਡਾ ਰੱਖਣ ਦੇ ਲਈ। ਤਾਂ ਜਦੋਂ ਇੱਕ ਵਾਰੀ ਬਰਫ਼ ਖੁਰ ਗਈ ਤਾਂ ਸਾਨੂੰ ਹੋਰ ਇੰਸਟਾਲ ਕਰਨੀ ਪਏਗੀ ਬਰਫ਼ ਇਹਦੇ ਵਿੱਚ। ਤਾਂ ਇਸੇ ਤਰੀਕੇ ਦੇ ਨਾਲ ਹੀ ਅਸੀਂ ਇਹ ਪਰਟੀਕੁਲਰ ਚੈਂਬਰ ਨੂੰ ਠੰਡਾ ਰੱਖ ਸਕਦੇ ਹਾਂ ਇੱਕ ਲੰਬੇ ਸਮੇਂ ਦੇ ਲਈ। ਦੂਸਰਾ ਮੈਥਡ ਹੈ ਜੀ ਸਾਡੇ ਕੋਲ, ਦੈਟ ਇਜ਼ ਡਰਾਈ ਆਈਸ ਰੈਫ੍ਰਿਜਰੇਸ਼ਨ। ਡਰਾਈ ਆਈਸ ਰੈਫ੍ਰਿਜਰੇਸ਼ਨ ਕੀ ਚੀਜ਼ ਹੈ ਕਿ ਜਦੋਂ ਅਸੀਂ ਰੈਫ੍ਰਿਜਰੇਟਿੰਗ ਇਫੈਕਟ ਪੈਦਾ ਕਰਨਾ ਹੋਵੇ ਵਿਦ ਦਾ ਹੈਲਪ ਆਫ ਸੋਲਿਡ ਕਾਰਬਨ ਡਾਈਆਕਸਾਈਡ। ਤਾਂ CO2 ਅਸੀਂ ਸਾਰੇ ਜਾਣਦੇ ਹਾਂ ਕਿ ਗੈਸੀਅਸ ਫਾਰਮ ਦੇ ਵਿੱਚ ਅਵੇਲੇਬਲ ਹੁੰਦੀ ਹੈ, ਜਦੋਂ ਇਸ ਨੂੰ ਕਾਫੀ ਜ਼ਿਆਦਾ ਹੱਦ 'ਤੇ ਕੰਪਰੈਸ ਕਰਕੇ ਸੋਲਿਡ ਫਾਰਮ ਦੇ ਵਿੱਚ ਅਸੀਂ ਕਨਵਰਟ ਕਰ ਲੈਂਦੇ ਹਾਂ, ਤਾਂ ਉਸ ਨੂੰ ਅਸੀਂ ਰੈਫ੍ਰਿਜਰੇਟਿੰਗ ਇਫੈਕਟ ਵਾਸਤੇ ਪ੍ਰੋਡਿਊਸ ਕਰਦੇ ਹਾਂ। ਤਾਂ ਇਸ ਦੇ ਕੀ ਕਾਰਨ ਹਨ ਕਿ ਅਸੀਂ ਇਸ ਨੂੰ ਯੂਜ਼ ਕਰਦੇ ਹਾਂ? ਤਾਂ ਇਹਦੇ ਵਿੱਚ ਕੁਝ ਸਾਡੇ ਕੋਲ ਰੀਜ਼ਨਸ ਨੇ ਕਿ ਇਹ ਨੋਨ ਟੌਕਸਿਕ ਹੈ, ਜ਼ਹਿਰੀਲੀ ਨਹੀਂ ਹੈ, ਨੋਨ ਕਰੋਜ਼ਿਵ ਹੈ, ਇਸ ਦੇ ਨਾਲ ਸਾਡੇ ਕੈਮੀਕਲੀ ਰਿਐਕਟ ਕਰਕੇ ਜਿਸ ਵੀ ਕੰਟੇਨਰ ਦੇ ਵਿੱਚ ਇਸ ਨੂੰ ਰੱਖਿਆ ਜਾਵੇਗਾ ਉਸ ਨੂੰ ਕਰੋਜ਼ਿਵ ਇਫੈਕਟ ਨਹੀਂ ਦਊਗੀ। ਔਰ ਇਸ ਨੂੰ ਪੀਸਿਸ ਦੇ ਵਿੱਚ ਕੱਟ ਕਰਨਾ ਜਾਂ ਹੈਂਡਲ ਕਰਨਾ ਬਹੁਤ ਹੀ ਆਸਾਨ ਹੈ, ਤਾਂ ਇਸ ਕਰਕੇ ਇਸ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕੀਤਾ ਜਾਂਦਾ ਹੈ। ਹੋਰ ਸਭ ਤੋਂ ਵੱਧ ਹੈ ਕਿ ਆਪਣੇ ਕੋਲ ਇਸ ਤੋਂ ਆਪਣਾ ਨੂੰ ਕਿੰਨਾ ਵੱਧ ਤੋਂ ਵੱਧ ਟੈਂਪਰੇਚਰ ਅਸੀਂ ਲੈ ਸਕਦੇ ਹਾਂ? ਤਾਂ -78° 'ਤੇ ਜਾ ਕੇ ਇਹ ਇਵੈਪੋਰੇਟ ਹੋਣਾ ਸਟਾਰਟ ਕਰਦੀ ਹੈ,
ਜਿਹਦੇ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਡਾਊਨ ਟੈਂਪਰੇਚਰ ਅਚੀਵ ਹੋਣ ਦੇ ਚਾਂਸਿਸ ਹੁੰਦੇ ਨੇ, ਜਿਸ ਕਰਕੇ ਅਸੀਂ ਇਸ ਦਾ ਇਸਤੇਮਾਲ ਕਰਦੇ ਹਾਂ। ਦੂਸਰਾ ਵੱਡਾ ਕਾਰਨ ਹੈ ਕਿ ਦੈਟ ਇਜ਼ ਸਬਲੀਮੇਸ਼ਨ ਚੇਂਜ। ਸਬਲੀਮੇਸ਼ਨ ਚੇਂਜ ਕੀ ਚੀਜ਼ ਹੈ? ਅਸੀਂ ਆਮ ਤੌਰ 'ਤੇ ਜਾਣਦੇ ਹਾਂ ਕਿ ਜਿਹੜੇ ਸੋਲਿਡਸ ਨੇ ਜਦੋਂ ਉਹਨਾਂ ਨੂੰ ਹੀਟਅਪ ਕੀਤਾ ਜਾਵੇ ਤਾਂ ਉਹ ਪਹਿਲਾਂ ਲਿਕੁਇਡ ਫਾਰਮ ਦੇ ਵਿੱਚ ਕਨਵਰਟ ਹੁੰਦੇ ਨੇ, ਫਿਰ ਵੇਪਰਸ ਫਾਰਮ ਦੇ ਵਿੱਚ ਕਨਵਰਟ ਹੁੰਦੇ ਨੇ। ਬਟ ਸਬਲੀਮੇਸ਼ਨ ਚੇਂਜ ਹੁੰਦਾ ਹੈ ਇਸ ਸੋਲਿਡ ਕਾਰਬਨ ਡਾਈਆਕਸਾਈਡ ਦੇ ਕੇਸ ਦੇ ਵਿੱਚ। ਤਾਂ ਇਹਦੇ ਵਿੱਚ ਕੀ ਚੀਜ਼ ਹੈ ਕਿ ਸੋਲਿਡ ਡਾਇਰੈਕਟਲੀ ਵੇਪਰਸ ਬਣ ਕੇ ਉੱਡ ਜਾਂਦੇ ਹਨ, ਤਾਂ ਇਸੇ ਕਾਰਨ ਦੇ ਕਰਕੇ ਹੀ ਅਸੀਂ ਇਸ ਦਾ ਯੂਜ਼ ਕਾਫੀ ਜ਼ਿਆਦਾ ਕਰਦੇ ਹਾਂ। ਆਮ ਤੌਰ 'ਤੇ ਇਹਦੇ ਇਗਜ਼ਾਮਪਲ ਦੇ ਵਿੱਚ ਜੇ ਦੇਖਿਆ ਜਾਵੇ, ਜੋ ਫਾਇਰ ਐਸਟੈਂਗੁਇਸ਼ਰਸ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਇੱਦਾਂ ਦਾ ਸੋਲਿਡ ਕਾਰਬਨ ਡਾਈਆਕਸਾਈਡ ਦਾ ਯੂਜ਼ ਅੱਗ ਬੁਝਾਉਣ ਦੇ ਲਈ ਕੀਤਾ ਜਾਂਦਾ ਹੈ। ਜਾਂ ਅਸੀਂ ਆਮ ਤੌਰ 'ਤੇ ਰੇੜੀਆਂ ਜਿੱਥੇ ਕੁਲਫੀਆਂ ਵਾਲੇ ਜਾਂ ਕੁਛ ਇਸ ਤਰ੍ਹਾਂ ਦੇ ਆਈਸਕ੍ਰੀਮ ਵੇਚਣ ਵਾਲੇ ਅਲੱਗ ਅਲੱਗ ਸਾਈਕਲਸ ਦੇ ਉੱਤੇ ਜਾਂਦੇ ਨੇ, ਤਾਂ ਉਹਨਾਂ ਦੇ ਬਾਕਸਿਸ ਦੇ ਵਿੱਚ ਵੀ ਜੋ ਬਰਫ਼ ਪ੍ਰੋਡਿਊਸ ਹੁੰਦੀ ਹੈ ਦੈਟ ਇਜ਼ ਸੋਲਿਡ ਕਾਰਬਨ ਡਾਈਆਕਸਾਈਡ ਹੀ ਹੁੰਦੀ ਹੈ। ਇਸ ਤੋਂ ਬਾਅਦ ਇਹਦਾ ਇੱਕ ਡਿਸਐਡਵਾਂਟੇਜ ਵੀ ਹੈ। ਤਾਂ ਡਿਸਐਡਵਾਂਟੇਜ ਕੀ ਹੈ? ਦੈਟ ਇਜ਼ ਹਾਈ ਕੈਪਚਰਿੰਗ ਜਾਂ ਪ੍ਰੋਡਕਸ਼ਨ ਕੋਸਟ। ਜੋ ਇਸ ਨੂੰ ਕੈਪਚਰ ਕਰਨ ਦੀ ਜਾਂ ਇਸ ਨੂੰ ਪੈਦਾ ਕਰਨ ਦੀ ਜੋ ਕੋਸਟ ਹੈ ਉਹ ਬਹੁਤ ਜ਼ਿਆਦਾ ਹਾਈ ਹੈ, ਜਿਹਦੇ ਕਰਕੇ ਇਸ ਨੂੰ ਬਹੁਤ ਵਧੇਰੇ ਤੌਰ ਦੇ ਉੱਤੇ ਅਸੀਂ ਇਸਤੇਮਾਲ ਨਹੀਂ ਕਰਦੇ। ਦੂਸਰਾ ਵੱਡਾ ਕਾਰਨ ਹੈ ਕੰਟਰੋਲਿੰਗ ਇਜ਼ ਵੈਰੀ ਕੇਅਰਫੁਲ ਡਿਊ ਟੂ ਵੈਰੀ ਲੋ ਟੈਂਪਰੇਚਰ, ਕਿ ਬਹੁਤ ਘੱਟ ਤਾਪਮਾਨ ਹੋਣ ਕਾਰਨ ਇਸ ਦੀ ਜੋ ਕੰਟਰੋਲਿੰਗ ਹੈ ਉਹ ਥੋੜ੍ਹੀ ਜਿਹੀ ਡਿਫੀਕਲਟ ਹੋ ਜਾਂਦੀ ਹੈ।